ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਪਾਣੀ ਅਤੇ ਸੀਵਰੇਜ ਕਨੈਕਸ਼ਨ ਰੈਗੂਲਰ ਕਰਨ ਲਈ ਲਿਆਵੇਗੀ ਵਨ ਟਾਈਮ ਸੈਟਲਮੈਂਟ ਸਕੀਮ ਕੈਬਨਿਟ ਨੇ ਦਿੱਤੀ ਮਨਜ਼ੂਰੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਦੇ ਅਨਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨਾਂ ਨੂੰ ਰੈਗੂਲਰ ਕਰਨ ਦੇ ਲਈ ਵਨ ਟਾਈਮ ਸੈਟਲਮੈਂਟ ਪੇਮੈਂਟ ਲਿਆਉਣ ਦਾ ਫੈਸਲਾ ਕੀਤਾ ਹੈ ਸੋਮਵਾਰ ਨੂੰ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸਰਕਾਰ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ 93000 ਅਨ ਅਧਿਕਾਰਤ ਕਨੈਕਸ਼ਨ ਹਨ ਸਰਕਾਰ ਦਾ ਮੰਨਣਾ ਇਸ ਯੋਜਨਾ ਦੇ ਆਉਣ ਨਾਲ ਸ਼ਹਿਰੀ ਸਥਾਨਿਕ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਘਰੇਲੂ ਸ਼੍ਰੇਣੀ ਅਧੀਨ ਪਾਣੀ ਦੇ ਕਨੈਕਸ਼ਨ ਨੂੰ ਨਿਯਮਤ ਕਰਨ ਲਈ 200 ਰੁਪਏ ਪ੍ਰਤੀ ਕਨੈਕਸ਼ਨ ਪਾਣੀ ਦੀ ਸਪਲਾਈ ਅਤੇ ਸੀਵਰੇਜ ਲਈ 100 ਰੁਪਏ ਅਤੇ ਪਲਾਂਟ ਦੇ ਆਕਾਰ ਦੇ ਆਧਾਰ ਤੇ ਸੀਵਰੇਜ ਕਨੈਕਸ਼ਨ ਦੀ ਇੱਕ ਵਾਰ ਦੀ ਫੀਸ ਲਈ ਜਾਵੇਗੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਅੱਜ ਕੈਬਨਿਟ ਦੇ ਵਿੱਚ 125 ਵਰਗ ਗੱਜ 500 ਰੁਪਏ ਪ੍ਰਤੀ ਕਨੈਕਸ਼ਨ ਹਰੇਕ ਪਾਣੀ ਸਪਲਾਈ ਅਤੇ ਸੀਵਰੇਜ ਲਈ 250 ਰੁਪਏ ਲਏ ਜਾਣਗੇ। ਦੋ ਨਾਲੀ ਨਾਲ ਵੀਡੀਓ ਬਣਾਉਣ ਦੇ ਸ਼ੌਂਕ ਨੇ ਲਈ 16 ਸਾਲਾਂ ਨੌਜਵਾਨ ਦੀ ਜਾਨ ਇੰਜ ਹੋਇਆ ਖੌਫਨਾਕ ਅੰਤ। ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਕਈ ਵਾਰ ਸ਼ੌਂਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਜਾਂਦਾ ਮਾਮਲਾ ਸਾਹਮਣੇ ਆਇਆ ਹਲਕਾ ਮਜੀਠਾ ਦੇ ਪਿੰਡ ਕੱਥੂ ਨੰਗਲ ਖੁਰਦ ਤੋਂ ਜਿੱਥੇ 16 ਸਾਲਾ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੌਜਵਾਨ ਦੀ ਮੌਤ ਇੱਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਹੋਈ। ਜਦੋਂ ਕਰਨਪੁੱਤਰ ਰਾਜਵਿੰਦਰ ਸਿੰਘ ਪਿੰਡ ਕੱਥੂਨੰਗਲ ਖੁਰਦ ਜੋ ਕਿ ਆਪਣੇ ਗਵਾਂਢੀ ਗੁਰਮੇ ਸਿੰਘ ਦੀ 12 ਬੋਰ ਦੀ ਰਾਈਫਲ ਨਾਲ ਇੱਕ ਵੀਡੀਓ ਬਣਾ ਰਿਹਾ ਸੀ ਤਾਂ ਅਚਾਨਕ ਉਸ ਵਿੱਚੋਂ ਗੋਲੀ ਚੱਲ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੀਐਸਐਸਐਸਬੀ ਵੱਲੋਂ ਲਈ ਪਟਵਾਰੀ ਦੀ ਪ੍ਰੀਖਿਆ 'ਚ 16 ਸਵਾਲ ਆਏ ਗਲਤ ਵਿਭਾਗ ਨੇ ਜਾਰੀ ਕੀਤੀ ਲਿਸਟ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਵੱਲੋਂ ਬੀਤੇ ਦਿਨੀ ਪਟਵਾਰੀ ਦੀ ਅਸਾਮੀ ਵਾਸਤੇ ਲਈ ਗਈ ਪ੍ਰੀਖਿਆ ਦੇ ਵਿੱਚੋਂ 16 ਸਵਾਲ ਗਲਤ ਆਏ ਹਨ ਜਿਸ ਨਾਲ ਅਧੀਨ ਸੇਵਾਵਾਂ ਚੋਣ ਬੋਰਡ ਦੀ ਕਰ ਗੁਜ਼ਾਰੀ ਤੇ ਸਵਾਲ ਉੱਠੇ ਹਨ ਉਤੇ ਹੀ ਰੀਚੈਕਿੰਗ ਲਈ 500 ਰੁਪਏ ਪ੍ਰਤੀ ਸਵਾਲ ਫੀਸ ਲਾਉਣ ਤੇ ਸਵਾਲ ਖੜਾ ਹੋ ਗਿਆ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਐਤਵਾਰ ਨੂੰ ਅਧੀਨ ਸੇਵਾਵਾਂ ਚੋਣ ਵੱਲੋਂ ਪਟਵਾਰੀ ਦੀ ਅਸਾਮੀ ਲਈ ਪੇਪਰ ਲਿਆ ਗਿਆ ਸੀ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ 1.2 ਲੱਖ ਕੁੜੀਆਂ ਸ਼ਾਮਿਲ ਸਨ ਬੋਰਡ ਵੱਲੋਂ ਬਣਾਏ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਵਿੱਚ ਪੌਣੇ 2 ਲੱਖ ਦੇ ਕਰੀਬ ਲੋਕਾਂ ਨੇ ਪੇਪਰ ਦਿੱਤਾ ਪਤਾ ਲੱਗਾ ਕਿ ਇਸ ਦੇ ਵਿੱਚ 5 ਸਵਾਲ ਗਲਤ ਪਾਏ ਗਏ ਸਨ ਜਿਸ ਤੇ ਉਮੀਦਵਾਰਾਂ ਨੇ ਇਤਰਾਜ਼ ਲਾਇਆ ਪਰ ਜਦੋਂ ਬਾਅਦ ਵਿੱਚ ਚੈੱਕ ਕੀਤਾ ਗਿਆ ਤਾਂ ਇਸ ਦੇ ਵਿੱਚ 16 ਸਵਾਲ ਹੀ ਗਲਤ ਆਏ ਸੋ ਦੋਸਤੋ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਹੁਣ ਪਟਵਾਰੀ ਕਿੰਨੇ ਲੱਗਣਾ ਵਿਧਾਨ ਸਭਾ ਚੋਣਾਂ ਲਈ ਜਲੰਧਰ ਕੈਂਟ ਹਲਕੇ ਤੋਂ ਜਗਬੀਰ ਬਰਾੜ ਨੂੰ ਸੁਖਬੀਰ ਨੇ ਲਾਨਿਆ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਲ ਹੁੰਦੇ ਆਂ ਹੀ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਗਬੀਰ ਸਿੰਘ ਬਰਾੜ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਜਲੰਧਰ ਕੈਂਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਉਮੀਦਵਾਰ ਐਲਾਨ ਦਿੱਤਾ ਜਲੰਧਰ ਵਿਖੇ ਜਗਬੀਰ ਸਿੰਘ ਬਰਾੜ ਦੇ ਘਰ ਪਹੁੰਚੇ ਸੁਖਬੀਰ ਬਾਦਲ ਨੇ ਚੋਣਾਂ ਦੇ ਲਈ ਉਮੀਦਵਾਰ ਦਾ ਐਲਾਨ ਕਰਕੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਇਸ ਦੇ ਨਾਲ ਹੀ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਜਨਰਲ ਸੈਕਟਰੀ ਵੀ ਨੁਕਤ ਕੀਤਾ। ਇਸ ਮੌਕੇ ਉਹਨਾਂ ਨੇ ਜੋ ਉਹਨਾਂ ਨਾਲ ਤੇਰੇ ਵਾਅਦੇ ਕੀਤੇ ਹਨ ਉਹਨਾਂ ਵਾਅਦਿਆਂ ਨੂੰ ਸਰਕਾਰ ਬਣਨ ਤੇ ਜ਼ਰੂਰ ਪੂਰਾ ਕਰਨਗੇ। ਭਾਰਤੀ ਹਾਈ ਕਮਿਸ਼ਨ ਸਾਹਮਣੇ ਲੱਗੇ ਖਾਲਸਾਤਨ ਦੇ ਨਾਅਰੇ ਪੁਲਿਸ ਨੇ ਟਾਲਿਆ ਵੱਡਾ ਟਕਰਾਅ ਵੱਡੀ ਖਬਰ ਆ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ। ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਭਾਰਤ ਜਦੋਂ ਆਪਣੀ ਆਜ਼ਾਦੀ ਦੇ 75ਵੇਂ ਬੜੇ ਦਾ ਜਸ਼ਨ ਮਨਾ ਰਿਹਾ ਸੀ ਤਾਂ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਸਿੱਖ ਫਾਰ ਜਸਟਿਸ ਨਾਂ ਦੇ ਜਥੇਬੰਦੀ ਦੇ ਕਾਰਕੁਨਾਂ ਸਮੇਤ 800 ਸਿੱਖਾਂ ਦੇ ਸਮੂਹ ਵੱਲੋਂ ਕਾਲਾ ਦਿਵਸ ਮਨਾਇਆ ਜਾ ਰਿਹਾ ਸੀ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਦੇ ਨਾਅਰੇ ਵੀ ਲਾਏ ਦੱਸਦੀਏ ਭਾਰਤ ਵਿੱਚ ਸਿੱਖ ਫਾਰ ਜਸਟਿਸ ਦੇ ਉਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਉੱਤੇ ਮੁਕੰਮਲ ਪਾਬੰਦੀ ਆ ਸਿੱਖ ਫਾਰ ਜਸਟਿਸ ਉਹ ਜਾਸਤੇ ਪਾਬੰਦੀ ਆ ਜਿਸ ਨੇ ਰਾਏਸ਼ਮਾਰੀ 2020 ਚੁਕਰਾਨ ਦਾ ਦਾਵਾ ਕੀਤਾ ਸੀ ਤੇ ਇਸ ਦੀ ਸ਼ੁਰੂਆਤ 31 ਅਕਤੂਬਰ ਤੋਂ ਕਰਨ ਦਾ ਐਲਾਨ ਕੀਤਾ ਹੋਇਆ ਪਰ ਹਾਲੇ ਤੱਕ ਉਹ ਹੋਈ ਨਹੀਂ ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਮੂਲ ਦੇ ਕੁਝ ਸਾਈਕਲਿਸਟ ਦਾ ਛੋਟਾ ਜਿਹਾ ਸਮੂਹ ਉੱਥੇ ਪੁੱਜਾ ਜੋ ਭਾਰਤ ਦੀ ਆਜ਼ਾਦੀ ਪ੍ਰਾਪਤੀ ਦੀ 75ਵੀਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਸੀ ਮੁੱਖ ਮੰਤਰੀ ਵੱਲੋਂ ਮਾਣ ਪੱਤੇ ਚ 600 ਤੇ 300 ਰੁਪਏ ਦਾ ਵਾਅਦਾ ਕਰਨ ਨੂੰ ਆਂਗਣਵਾੜੀ ਯੂਨੀਅਨ ਨੇ ਦੱਸਿਆ ਹਾਸੂ ਹੀਣਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਐਲਾਨ ਕੀਤਾ ਗਿਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਪੱਤੇ ਵਿੱਚ ਕਰਮਵਾਰ 600 ਰੁਪਏ ਤੇ 300 ਰੁਪਏ ਦਾ ਵਾਅਦਾ ਜਿਹੜਾ ਕੀਤਾ ਗਿਆ ਹੈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੁੱਖ ਮੰਤਰੀ ਦੇ ਇਸ ਵਿਅਰ ਨੂੰ ਖਾਸੋਹੀਨਾ ਕਰਾਰ ਦਿੱਤਾ ਤੇ ਝੂਠ ਦਾ ਭੰਡਾ ਦੱਸਿਆ ਉਹਨਾਂ ਨੇ ਕਿਹਾ ਜੀ ਪੈਸੇ ਤਾਂ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਸੂਬੇ ਦੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਨੱਪੀ ਫਿਰਦੀ ਆ ਵਧਾਉਣ ਦਾ ਕੀ ਫਾਇਦਾ ਮੈਂ ਤਾਂ ਮੈਂ ਤੇਰੇ ਦਰ ਆਇਆ ਹਾਂ ਇਥੋਂ ਜਿੱਤ ਕੇ ਜਾਂ ਫਿਰ ਮਰ ਕੇ ਜਾਵਾਂਗਾ ਕਿਸਾਨ ਹਾਕਮ ਸਿੰਘ ਕਿਸਾਨ ਹਾਕਮ ਸਿੰਘ ਪਿੰਡ ਸਮਾਨਪੁਰ ਜ਼ਿਲ੍ਹਾ ਰੋਪੜ ਦੀ ਲੰਘੇ ਦਿਨ ਸਿੰਘੂ ਬਾਰਡਰ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਸਨੇ ਸਪਸ਼ਟ ਕਿਹਾ ਕਿ ਮੈਨੂੰ 9 ਮਹੀਨੇ ਹੋ ਗਏ ਹਨ ਮੈਂ ਆਪਣੇ ਘਰ ਵਾਪਸ ਨਹੀਂ ਗਿਆ ਮੈਨੂੰ ਘਰ ਤੋਂ ਬਹੁਤ ਫੋਨ ਆਉਂਦੇ ਨੇ ਮੋਦੀ ਦੇ ਕਾਲੇ ਕਾਨੂੰਨ ਥੋਪ ਕੇ ਸਾਡੇ ਪੱਲੇ ਕੁਝ ਨਹੀਂ ਰਹਿਣ ਦਿੱਤਾ ਸਾਡੀਆਂ ਜ਼ਮੀਨਾਂ ਜਦੋਂ ਖੁਈਆਂ ਜਾਣ ਤਾਂ ਫਿਰ ਅਸੀਂ ਪਿੰਡ ਜਾ ਕੇ ਕੀ ਕਰਨਾ ਜੇਕਰ ਕਾਨੂੰਨ ਹੱਕ ਵਿੱਚ ਹੋਵੇ ਤਾਂ ਜਿੱਤ ਕੇ ਚਲੇ ਜਾਵਾਂਗੇ ਜੇ ਨਾ ਹੋਵੇ ਤਾਂ ਅਸੀਂ ਇੱਥੇ ਮਰ ਕੇ ਜਾਵਾਂਗੇ ਦੋਸਤੋ ਦੋਸਤੋ ਤੁਹਾਨੂੰ ਦੱਸ ਦਈਏ ਹਾਕਮ ਸਿੰਘ 150 ਏਕੜ ਜ਼ਮੀਨ ਦਾ ਮਾਲਕ ਹੈ ਚਾਰ ਪ੍ਰਾਣੇ ਤੇ ਸਾਰਾ ਪਰਿਵਾਰ ਇਕੱਠਾ ਹੈ ਜ਼ਮੀਨ ਜੋ ਸਾਡੀ ਮਾਂ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਨੇ ਕਾਰਪੋਰੇਟ ਕਰਾਉਣ ਨੂੰ ਦੇਣ ਦੀ ਯੋਜਨਾ ਬਣਾ ਲਈ ਹੈ ਅਸੀਂ ਕਿਸ ਸਮੂਹ ਨਾਲ ਪਿੰਡ ਜਾਈਏ ਕਵੈਤ ਵਿੱਚ ਵਾਪਰੇ ਹਾਦਸੇ ਦੌਰਾਨ ਨੂਰਪੁਰ ਬੇਦੀ ਦੇ ਨੌਜਵਾਨ ਗੁਰਸੇ ਗੁਰਮੁਖ ਸਿੰਘ ਦੀ ਮੌਤ ਪਿਛਲੇ ਦਿਨੀ ਕੁਵੈਤ ਵਿੱਚ ਟਰਾਲਾ ਪਰਤਨ ਕਾਰਨ ਬਲਾਕ ਨੂਰਪੁਰ ਬੇਦੀ ਦੇ ਪਿੰਡ ਗੁਰਸੇ ਮਾਜਰਾ ਦੇ ਇੱਕ ਨੌਜਵਾਨ ਦੀ ਮੌਤ ਹੋ ਜਾਂਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਗੁਰਸੇ ਮਾਜਰਾ ਦੇ ਸਾਬਕਾ ਸਰਪੰਚ ਦਰਬਾਰਾ ਸਿੰਘ ਬਾਰਾ ਨੇ ਦੱਸਿਆ ਕਿ ਨੌਜਵਾਨ ਗੁਰਮਖ ਸਿੰਘ ਉਰਫ ਰਾਨੂੰ ਪੁੱਤਰ ਭਜਨਾ ਜੋ ਕਿ ਕੁਵੈਤ ਵਿੱਚ ਡਰਾਈਵਰੀ ਕਰਦਾ ਸੀ ਪੰਜਾਬ ਚ ਵੱਡੀ ਸਾਜ਼ਿਸ਼ ਨਕਾਮ ਅਤਵਾਦੀਆਂ ਹਥਿਆਰਾਂ ਦੀ ਵੱਡੀ ਖੇਪ ਨਾਲ ਦੋ ਯੂਕੇ ਬੇਸਡ ਅੱਤਵਾਦੀ ਗ੍ਰਿਫਤਾਰ ਸੂਬੇ ਦੇ ਵਿੱਚ ਵੱਧਦੇ ਅੱਤਵਾਦ ਦੇ ਖਤਰੇ ਦੀ ਚੇਤਾਵਨੀ ਦੇ ਕੁਝ ਦਿਨਾਂ ਬਾਅਦ ਪੰਜਾਬ ਪੁਲਿਸ ਨੇ ਐਤਵਾਰ ਨੂੰ ਸੰਭਾਵਿਤ ਅੱਤਵਾਦੀ ਹਮਲੇ ਤੋਂ ਬਚਣ ਲਈ ਇਕੱਠੇ ਤੌਰ ਤੇ ਯੂਕੇ ਆਧਾਰਤ ਅੱਤਵਾਦੀ ਸੰਸਥਾ ਨਾਲ ਜੁੜੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਕਬਜ਼ੇ ਵਿੱਚ ਦੋ ਹੈਂਡ ਗ੍ਰੇਨੇਡ, ਇੱਕ ਪਿਸਤੌਲ ਸਮੇਤ ਭਾਰੀ ਯਾਤਰਾ ਦੇ ਵਿੱਚ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਕੀਤਾ ਗਿਆ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਯੂਕੇ ਬੇਸਡ ਅੱਤਵਾਦੀ ਗੁਰਪ੍ਰੀਤ ਖਾਲਸਾ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਸਰਹੱਦ ਪਾਰ ਤੋਂ ਭੇਜੇਗਾ। ਹਥਿਆਰਾਂ ਦੀ ਖੇਪ ਮੁੜ ਪ੍ਰਾਪਤ ਕਰਨ ਦਾ ਕੰਮ ਸੌਂਪਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਖੇਪ ਕੁਝ ਦਿਨ ਪਹਿਲਾਂ ਟਾਰੀਚਵਾਰ ਰੋਡ ਦੇ ਆਸ-ਪਾਸ ਸਰਹੱਦੀ ਖੇਤਰ ਵਿੱਚ ਭੇਜੀ ਗਈ ਸੀ ਗੁਰਪ੍ਰੀਤ ਸ਼ਿੰਗਾਰ ਬੰਬ ਕਿਸ ਲੁਧਿਆਣਾ ਵਿੱਚ ਸ਼ਾਮਲ ਸੀ ਵੀਰਵਾ ਦਿੰਦੇ ਹੋਏ ਡੀਜੀਪੀ ਨੇ ਕਿਹਾ ਕਿ ਪਾਕਿਸਤਾਨੀ ਆਈਐਸਆਈ ਅਤੇ ਵਿਦੇਸ਼ਾਂ ਦੇ ਵਿੱਚ ਸਥਿਤ ਤਤਵਾਦੀ ਤੱਤਾਂ ਜੋ ਕਿ ਆਈਐਸਆਈ ਦੇ ਨੀਡ ਲਈ ਸਹਿਯੋਗ ਨਾਲ ਕੰਮ ਕਰ ਰਹੇ ਹਨ ਨਸਤੂਤ ਅੰਤਰਤਾ ਦਿਵਸ ਜਾਂ ਇਸ ਦਿਹਾੜੇ ਦਿਵਾਲੇ ਭਾਰਤ ਦੇ ਵਿੱਚ ਹਮਲਾ ਕਰਨ ਦੀ ਯੋਜਨਾ ਨੂੰ ਅਸੀਂ ناکਾਮ ਕਰ ਦਿੱਤਾ ਹੈ 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਨੂੰ ਪਾਕਿਸਤਾਨ ਤੋਂ ਤੁਰੰਤ ਕੱਢਣ ਦੀ ਕੈਪਟਨ ਨੇ ਕੀਤੀ ਵਿਦੇਸ਼ ਮੰਤਰੀ ਨੂੰ ਅਪੀਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਵਿੱਚ ਫਸੇ 200 ਸਿੱਖਾਂ ਨੂੰ ਸਮੇਤ ਸਾਰੇ ਭਾਰਤੀਆਂ ਨੂੰ ਕੱਢਣ ਦੀ ਅਪੀਲ ਕੀਤੀ ਆ ਤਖਤਸ਼ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੋਰੀ ਰਵਾਲਵਰ ਵੀ ਲੱਗੇ ਚੋਰ ਤਖਤਸ਼ਰੀ ਦਮਦਮਾ ਸਾਬਤ ਤਲਵੰਡੀ ਸਾਹਬ ਉਹਦੇ ਸਾਫਕਾ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਦੇ ਜੱਦੀਗੜ੍ਹ ਵਿੱਚ ਬੀਤੇ ਦਿਨੀ ਰਾਤ ਦੇ ਸਮੇਂ ਚੋਰਾਂ ਵੱਲੋਂ ਦਾਖਲ ਹੋ ਕੇ ਲਾਇਸੈਂਸੀ ਰੋਲਵਰ ਅਰੀਵਾਲਵਰ ਕਾਰਤੂਸ ਸੋਨਾ ਤੇ ਲੱਖਾਂ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਪਿੰਡ ਦੇ ਹੀ ਪਤੀ ਪਤਨੀ ਸਮੇਤ ਤਿੰਨ ਲੋਕਾਂ ਨੂੰ ਨਾਮਜ਼ਦ ਕਰਕੇ ਉਹਨਾਂ ਤੋਂ ਰੋਲਵਰ ਵੀ ਬਰਾਮਦ ਕਰ ਲਿਆ ਹੈ ਸੂਥਾਣਾ ਆਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਜਥੇਦਾਰ ਬਲਵੰਤ ਸਿੰਘ ਦੇ ਵੱਡੇ ਭਰਾ ਤੇਜਾ ਸਿੰਘ ਪੁੱਤਰ ਜਵਾਲਾ ਸਿੰਘ ਨੇ ਪੁਲਿਸ ਕੋਲੇ ਦਰਖਾਸਤ ਦਿੱਤੀ ਕਿ ਰਾਤ ਉਹ ਪਰਿਵਾਰ ਨਾਲ ਕਮਰੇ ਚ ਸੁੱਤੇ ਪਏ ਸੀ ਸਵੇਰੇ ਜਦੋਂ ਉਹਨਾਂ ਦੀ ਲੜਕੀ ਵੀਰ ਪਰ ਉੱઠી ਤਾਂ ਵੇਖਿਆ ਰਹਿਸ਼ੀ ਕਰਮੇ ਕਮਰੇ ਦਾ ਕੁੰਡਾ ਟੁੱਟਾ ਪਿਆ ਤੇ ਕਮਰੇ ਦੇ ਵਿੱਚ ਸਮਾਨ ਖਿਲਰਿਆ ਪਿਆ ਏ ਮੋਗਾ ਦੇ ਵਿੱਚ ਤਿੰਨ ਹੋਰ ਸਕੂਲੀ ਵਿਦਿਆਰਥੀ ਕਰੋਨਾ ਪੋਜ਼ਿਟਿਵ ਸੋ ਵੱਡੀ ਖਬਰ ਮੋਗਾ ਤੋਂ ਆ ਜਿੱਤੇ ਪੰਜਾਬ ਵਿੱਚ ਲਗਾਤਾਰ ਇੱਕ ਵਾਰ ਫਿਰ ਤੋਂ ਕਰੋਨਾ ਦਾ ਕੇਰ ਵਾਧਾ ਜਾ ਰਿਹਾ ਕਰੋਨਾ ਨੇ ਸਕੂਲਾਂ ਦੇ ਵਿੱਚ ਦਸਤਕ ਦੇ ਦਿੱਤੀ ਆ ਪੂਰੇ ਸੂਬੇ ਵਿੱਚ ਹੁਣ ਤੱਕ ਲਗਭਗ 30 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਬੱਚੇ ਪੋਜ਼ੀਟਿਵ ਆਏ ਹਨ ਦੂਜੇ ਪਾਸੇ ਮੋਗਾ ਵਿੱਚ ਹੁਣ ਤੱਕ ਸਰਕਾਰੀ ਸਕੂਲਾਂ ਚ ਕੁੱਲ 6 ਬੱਚੇ ਕਰੋਨਾ ਪੋਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ ਅੱਜ ਤਿੰਨ ਵੱਖ-ਵੱਖ ਸਰਕਾਰੀ ਸਕੂਲਾਂ ਦੇ ਤਿੰਨ ਬੱਚੇ ਪੋਜ਼ੀਟਿਵ ਪਾਏ ਗਏ ਹਨ ਜਾਣਕਾਰੀ ਸਿਵਲ ਸਰਜਨ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 12 ਵਿਦਿਆਰਥੀਆਂ ਨੂੰ ਹੋਇਆ ਕਰੋਨਾ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਹਲਚਲ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲ ਤਨੌਲਾ ਦੇ 12 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ ਹੈ ਸੀਐਮਓ ਬਰਨਾਲਾ ਡਾਕਟਰ ਜਸਵੀਰ ਔਲਖ ਨੇ ਇਸ ਕੋਰੋਨਾ ਰਿਪੋਰਟ ਦੀ ਪੁਸ਼ਟੀ ਕੀਤੀ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਲਗਭਗ 500 ਬੱਚਿਆਂ ਦੇ ਟੈਸਟ ਰੈਂਡਮਲੀ ਕੀਤੇ ਜਾ ਚੁੱਕੇ ਨੇ ਜ਼ਮੀਨਾਂ ਬਣੀਆਂ ਸੋਨੇ ਦੀ ਖਾਨ ਬਹੁ ਰਾਸ਼ਟਰ ਕੰਪਨੀਆਂ ਪੈਸੇ ਖਾਨ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਉਗਰਾਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਸਨੇ ਸਾਫ਼ ਕਿਹਾ ਕਿ ਭਾਵੇਂ ਸ਼ਹੀਦ ਭਗਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਆਜ਼ਾਦੀ ਦਿੱਤੀ ਪਰ ਮੈਂ ਸਮਝਦਾ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਸਾਡੇ ਤੋਂ ਆਜ਼ਾਦੀ ਖੋਲ ਹੀ ਉਹਨਾਂ ਨੇ ਕਿਹਾ ਮੋਦੀ ਦਾ ਉਹ ਹਿਸਾਬ ਹੈ ਕਿ ਕਿਸਾਨਾਂ ਦੇ ਖੇਤਾਂ ਖਾਤਿਆਂ ਵਿੱਚ 2000 ਰੁਪਏ ਪ੍ਰਤੀ ਮਹੀਨਾ ਪਾ ਦੇਵਾਂਗਾ ਪਰ ਮੋਦੀ ਇੰਨਾ ਵੱਡਾ ਝੂਠ ਬੋਲਿਆ ਜਿਸ ਦੀ ਮਿਸਾਲ ਕਦਰੇਵਣੀ ਮਿਲਦੀ ਮੋਦੀ ਕਿਸਾਨਾਂ ਨੂੰ ਮਾਲੂ ਮਰਦ ਕਰਨ ਦੀ ਥਾਂ ਤੇ ਆਰਥਿਕ ਪੱਕੋ ਖਤਮ ਕਰਨ ਦੇ ਲੱਗਾ ਹੋਇਆ ਏ ਜਿਵੇਂ ਕਹਿੰਦੇ ਨੇ ਜ਼ਮੀਨਾਂ ਬਣੀਆਂ ਸੋਨੇ ਦੀ ਖਾਣ ਬਹੁ ਰਾਸ਼ਟਰੀ ਕੰਪਨੀਆਂ ਪੈਸੇ ਖਾਣ ਉਹਨਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦਾ ਵੀ ਭਰੋਸਾ ਨਹੀਂ ਇਹ ਵੀ ਸਾਰੇ ਇੱਕੋ ਛੱਠੇ ਬੱਟੇ ਦੇ ਬਣੇ ਹੋਏ ਨੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਕੰਮ ਕਰਦੇ ਹਨ ਤੇ ਹੁਣ ਵੀ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲਾਏ ਨੇ ਐਲਾਨ ਕਰਦਾ ਕਿ ਮੈਂ ਨੌਜਵਾਨਾਂ ਨੂੰ ਰੁਜ਼ਗਾਰ ਲਈ ਵਪਾਰ ਖੁੱਲੇ ਤੌਰ ਤੇ ਪੰਜਾਬ ਵਿੱਚ ਕਰਾਵਾਂਗਾ ਪ੍ਰਾਈਵੇਟ ਸੈਕਟਰ ਅੱਗੇ ਆਉਣਗੇ ਤੇ ਨੌਜਵਾਨਾਂ ਨੂੰ ਰਾਜ ਰੁਜ਼ਗਾਰ ਮਿਲੇਗਾ ਆ ਪਾਕਿਸਤਾਨ ਦੇ ਵਿੱਚ ਭਿਆਨਕ ਹੋਏ ਹਾਲਾਤ ਉੱਡਦੇ ਜਹਾਜ਼ ਤੋਂ ਡਿੱਗੇ ਤਿੰਨ ਲੋਕ ਆਫ ਪਾਕਿਸਤਾਨ ਦੇ ਵਿੱਚ ਤਾਲਿਬਾਨ ਦੇ ਫੜੇ ਜਾਣ ਤੋਂ ਬਾਅਦ ਸਥਿਤੀ ਬਹੁਤ ਭਿਆਨਕ ਹੋ ਗਈ ਹੈ ਅਜਿਹੀ ਸਥਿਤੀ ਵਿੱਚ ਲੋਕ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਤਰ੍ਹਾਂ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਲੋਕ ਹਵਾਈ ਜਹਾਜ਼ ਵਿੱਚ ਲਟਕ ਰਹੇ ਹਨ ਤੇ ਜਹਾਜ਼ ਹਵਾ ਵਿੱਚ ਪਹੁੰਚਦਾ ਤਾਂ ਉਹ ਡਿੱਗ ਪਏ ਦੱਸਿਆ ਗਿਆ ਕਿ ਇਹ ਲੋਕ ਸੀ 17 ਜਹਾਜ਼ ਤੇ ਲਟਕਣ ਦੀ ਕੋਸ਼ਿਸ਼ ਕਰ ਰਹੇ ਸਨ ਜਿਵੇਂ ਹੀ ਜਹਾਜ਼ ਹਵਾ ਦੇ ਵਿੱਚ ਪਹੁੰਚਿਆ ਤਾਂ ਕਾਬਲ ਹਵਾਈ ਅੱਡੇ ਤੇ ਲੋਕ ਡਿੱਗ ਪਏ ਮੀਡੀਆ ਰਿਪੋਰਟ ਅਨੁਸਾਰ ਜਹਾਜ਼ ਚੋਂ ਤਿੰਨ ਲੋਕ ਕੱਢੇ ਗਏ ਹਨ ਅਫਗਾਨਿਸਤਾਨ ਤੋਂ ਅਮਰੀਕਾ ਭੱਜਨ ਮਗਰੋਂ ਰੂਸ ਅਤੇ ਚੀਨ ਦਾ ਵੱਡਾ ਐਲਾਨ ਅਮਰੀਕਾ ਤੇ ਉਸਦੇ ਸੰਜੋਗੀ ਆਪਣੇ ਕਰਮਚਾਰੀਆਂ ਨੂੰ ਪਾਕਿਸਤਾਨ ਤੋਂ ਕੱਢਣ ਲਈ ਜੂਝ ਰਹੇ ਹਨ ਅਮਰੀਕਾ ਨੇ ਆਪਣੀ ਡਿਪਲੋਮੈਟ ਕੱਢ ਲਏ ਹਨ ਜਿਸ ਅਹਿਚੂ ਦੋ ਵੱਡੀਆਂ ਸ਼ਕਤੀਆਂ ਰੂਸ ਅਤੇ ਚੀਨ ਨੇ ਐਲਾਨ ਕੀਤਾ ਕਾਬੁਲ ਦੇ ਵਿੱਚ ਚੀਨੀ ਦੂਤਕਰ ਨੇ ਸੰਕੇਤ ਦਿੱਤਾ ਕਿ ਤਾਲਿਬਾਨ ਨਾਲ ਉਸ ਸੰਬੰਧ ਹੰਤਿ ਉਹ ਉੱਥੇ ਹੀ ਰਹੇਗਾ ਭਾਵੇਂ ਵੀ ਦਰੋਹੀ ਤਾਕਤਾਂ ਪੂਰੀ ਤਰ੍ਹਾਂ ਦੇਸ਼ ਉੱਤੇ ਕਬਜ਼ਾ ਕਿਉਂ ਨਾ ਕਰ ਲੈਣ ਰੂਸੀ ਦੂਤਾਵਾਸ ਨੇ ਇਹ ਵੀ ਕਿਹਾ ਹੈ ਕਿ ਉਹ ਪਾਕਿਸਤਾਨ ਤੋਂ ਦੂਤਾਵਾਸ ਕੱਢਣ ਦੀ ਕੋਈ ਯੋਜਨਾ ਨਹੀਂ ਚੀਨ ਨੇ ਕਿਹਾ ਕਿ ਚੀਨੀ ਦੂਤਾਕਰਨ ਆਫਾਗਿਸਤਾਨ ਦੇ ਵਕ ਵਕ ਤੜਿਆਂ ਨੂੰ ਅਪੀਲ ਕੀਤੀ ਕਿ ਚੀਨੀ ਦੇਚਾਂ ਚੀਨੀ ਸੰਸਥਾਵਾਂ ਤੇ ਚੀਨੀ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਉਧਰ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਕਾਬਲ ਚੂ ਸਾਰੇ ਦੂਤਾਂਵਾਸਾਂ ਕੂਟ ਨੀਤੀਕ ਕੇਂਦਰਾਂ ਸੰਸਥਾਵਾਂ ਤੇ ਵਿਦੇਸ਼ੀ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਸਭ ਸੁਰੱਖਿਅਤ ਰਹਿਣਗੇ ਦੱਸ ਦਈਆ ਫਾਗਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਾਨੀ ਨੇ ਦੇਸ਼ ਛੱਡ ਦਿੱਤਾ ਤਾਲਿਬਾਨ ਨੇ ਕਿਹਾ ਕਿ ਉਹ ਇੱਕ ਖੁੱਲੀ ਸਮਾਵੇਸ਼ੀ ਸਲਾਮੀ ਸਰਕਾਰ ਦੇ ਅਧੀਨ ਦੇਸ਼ ਨੂੰ ਬਦਲਣ ਦੀ ਦਿਸ਼ਾ ਵਿੱਚ ਕੰਮ ਕਰੇਗਾ ਹਾਲਾਂਕਿ ਇਹ ਚਿੰਤਾਵਾਨ ਹਨ ਕਿ ਪਿਛਲੇ ਦੋ ਦਹਾਕਿਆਂ ਤੋਂ ਅਫਗਾਨ ਔਰਤਾਂ ਤੇ ਘੱਟ ਗਿਣਤੀਆਂ ਦੀ ਤਰੱਕੀ ਦੇ ਨਾਲ ਨਾਲ ਲੋਕਤੰਤਰ ਵੀ ਖਤਮ ਹੋ ਜਾਵੇਗਾ। ਸੋਮਵਾਰ ਨੂੰ ਅਮਰੀਕਾ, ਬ੍ਰਿਟੇਨ, ਜਰਮਨੀ, ਜਮਾਨ, ਆਸਟ੍ਰੇਲੀਆ, ਯੂਰਪੀ ਯੂਨੀਅਨ, ਨਾਈਜਰ, ਫਿਜੀ, ਜੋਗਾਂਡਾ ਸਮੇਤ 65 ਤੋਂ ਵੱਧ ਦੇਸ਼ਾਂ ਦਾ ਸਾਂਝਾ ਬਿਆਨ ਆਇਆ ਪਰ ਚੀਨ ਜਾਂ ਰੂਸ ਇਸ ਵਿੱਚ ਸ਼ਾਮਲ ਨਹੀਂ ਹੋਏ। ਉਹਨਾਂ ਨੇ ਕਿਹਾ ਕਿ ਆਫਗਾਨਿਸਤਾਨ ਵਿੱਚ ਸ਼ਕਤੀ ਦੇ ਅਧਿਕਾਰ ਦੇ ਆਉਦਿਆਂ ਤੇ ਬੈਠੇ ਲੋਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਅਫਗਾਨ ਦੇ ਅੰਤਰਰਾਸ਼ਟਰੀ ਨਾਗਰਿਕ ਜੋ ਕਿ ਜਾਣ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੜਕਾਂ ਹਵਾਈ ਅੱਡਿਆਂ ਤੇ ਸਰਹੱਦੀ ਚੌਂਕਾਂ ਨੂੰ ਖੁੱਲਾ ਰੱਖਣਾ ਚਾਹੀਦਾ ਹੈ ਤੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਆ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਨੌਜਵਾਨ ਵੱਲੋਂ ਪੁਲਿਸ ਨੂੰ ਰਿਸ਼ਵਤ ਦੀ ਕੋਸ਼ਿਸ਼ 'ਚ ਦੇਸ਼ ਨਿਕਾਲਾ ਦਬਾਇਆ ਨਾ ਵੀ ਬੱਲਿਆ ਰਿਸ਼ਵਤ ਇੱਥੇ ਨਹੀਂ ਚੱਲਦੀ ਗੁਰਦੁਆਰੇ ਦੇ ਪ੍ਰਧਾਨ ਦੀ ਚਿੱਠੀ ਵੀ ਲਈ ਪਰ ਅਗਲੇ ਕੱਥੇ ਮੰਦੇ ਸੋ ਪੂਰੀ ਦੁਨੀਆ ਦੇ ਵਿੱਚ ਨਿਊਜ਼ੀਲੈਂਡ ਅਤੇ ਡੈਨਮਾਰਕ ਇਸ ਵੇਲੇ ਸਭ ਤੋਂ ਘੱਟ ਤੋਂ ਘੱਟ ਭ੍ਰਸ਼ਟਾਚਾਰ ਦੇਸ਼ਾਂ ਦੀ ਦਰਜਾ ਬੰਦੀ ਦੇ ਵਿੱਚ ਪਹਿਲੇ ਨੰਬਰ ਤੇ ਹਨ ਜਦਕਿ ਭਾਰਤ ਇਸ ਵੇਲੇ 66 ਨੰਬਰ ਤੇ ਹੈ ਭ੍ਰਸ਼ਟਾਚਾਰ ਕਿਵੇਂ ਘੱਟ ਹੋ ਹਰ ਇੱਕ ਦੇਸ਼ ਦੇ ਨਾਗਰਿਕ ਅਫਸਰਾਂ ਤੇ ਸਰਕਾਰ ਉੱਤੇ ਨਿਰਪਰ ਕਰਦਾ ਨਿਊਜ਼ੀਲੈਂਡ ਪੁਲਿਸ ਦੇ ਅਫਸਰ ਨੇ ਰਿਸ਼ਵਤ ਨਾਲ ਲੈ ਕੇ ਅਜਿਹੀ ਉਦਾਹਰਣ ਪੇਸ਼ ਕੀਤੀ ਅਮਰitsar ਦੇ 27 ਸਾਲਾ ਪੰਜਾਬੀ ਦਾ ਨਾਮ ਗੁਰਵਿੰਦਰ ਸਿੰਘ ਅਤੇ 2014 ਚ ਇੱਥੇ ਆਇਆ ਸੀ ਵਧੀਆ ਪੜਾਈ ਕੀਤੀ ਕੰਮ ਕਰ ਕੀਤਾ 2019 ਚ ਪੁਲਿਸ ਨੇ ਉਸ ਨੂੰ ਨਿਧਾਰਤ ਮਾਤਰਾ ਤੋਂ ਦੁੱਗਣੀ ਸ਼ਰਾਬ ਪੀ ਕੇ ਗੱਡੀ ਡਰਾਈਵਿੰਗ ਕਰਨ ਦੀ ਹਾਲਤ ਵਿੱਚ ਫੜ ਲਿਆ ਤੇ 200 ਡਾਲਰ ਦੇਣ ਦੀ ਮੌਕੇ ਤੇ ਪੇਸ਼ਕਸ਼ ਕੀਤੀ ਅਗਲੀ ਕਾਰਵਾਈ ਨਾ ਕਰੇ ਪਰ ਇਮਾਨਦਾਰਪੂਸ ਅਫਸਰ ਨੇ ਉਸ ਦੀ ਪੇਸ਼ਕਸ਼ ਠੁਕਰਾਈ ਤੇ ਉਸ ਨੂੰ ਅਗਲੀ ਕਾਰਵਾਈ ਪਾ ਦਿੱਤੀ ਤੇ ਵਿਚਾਰਾ ਹੁਣ ਭਾਰਤ ਦਾ ਜਹਾਜ਼ ਵੀ ਅਗਲਿਆਂ ਨੇ ਚੜਾ ਦਿੱਤਾ ਟਾਬਾ ਮਾਲਕ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਚ ਗ੍ਰਿਫਤਾਰ ਚਾਰ ਔਰਤਾਂ ਵੀ ਨਾਮਜ਼ਦ ਪੁਲਿਸ ਨੇ ਆਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਸੇਠੀ ਟਾਬੇ ਦੇ ਮਾਲਕ ਵਿਜੇ ਕੁਮਾਰ ਉਰਫ सोनू ਸੇਠੀ ਨੂੰ ਗ੍ਰਫਤਾਰ ਕਰ ਲਿਆ ਤੇ ਇਸ ਮਾਮਲੇ ਵਿੱਚ ਚਾਰ ਔਰਤਾਂ ਨੂੰ ਵੀ ਨਾਮਜ਼ਦ ਕੀਤਾ ਹੈ ਸ਼ੱਕੀ ਵਿਅਕਤੀ ਨੂੰ ਅੱਜ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 2 ਦਿਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਆ ਪਾਕਿਸਤਾਨ ਦੇ ਹਾਲਾਤ ਵੇਖ ਕੇ ਸੈਮੇ ਫਿਲਮੀ ਸtare ਸੋਸ਼ਲ ਮੀਡੀਆ ਤੇ ਬਿਆਨ ਕੀਤਾ ਔਰਤਾਂ ਦਾ ਦਰਦ ਆ ਪਾਕਿਸਤਾਨ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬਲ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਦਿਲ ਦਹਿਲਾ ਦੇਣ ਵਾਲੀਆਂ ਨੇ ਸੜਕਾਂ ਤੋਂ ਲੈ ਕੇ 에ਰਪੋਰਟ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਨਜ਼ਰ ਆ ਰਹੀ ਹੈ ਲੋਕ ਕਿਸੇ ਵੀ ਕੀਮਤ ਤੇ ਕਾਬੁਲ ਛੱਡ ਕੇ ਜਾਣਾ ਚਾਹੁੰਦੇ ਹਨ ਪਰ 에ਰਪੋਰਟ ਤੇ ਵੱਧ ਭੀੜ ਹੋਣ ਦੇ ਕਾਰਨ ਇੱਥੇ ਜਹਾਜ਼ਾਂ ਦੇ ਸੰਚਾਲਨ ਤੇ ਰੋਕ ਲਾ ਦਿੱਤੀ ਗਈ ਹੈ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਕਮਰਸ਼ੀਅਲ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸਿਰਫ ਆਰਮੀ ਜਹਾਜ਼ਾਂ ਦੇ ਸੰਚਾਲਨ ਦੀ ਆਗਿਆ ਦਿੱਤੀ ਗਈ ਉੱਥੇ ਹੀ ਅਫਗਾਨਿਸਤਾਨ ਦੇ ਹਾਲਾਤਾਂ ਨੂੰ ਵੇਖ ਕੇ ਫਿਲਮੀ ਸਤਾਰਿਆਂ ਨੇ ਵੀ ਚਿੰਤਾ ਪ੍ਰਗਟਾਈ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਾਲਿਬਾਨ ਨੂੰ ਲੈ ਕੇ ਪਾਕਿਸਤਾਨ ਵਿਰੋਧ ਦੁਨੀਆ ਭਰ ਚ ਪ੍ਰਦਰਸ਼ਨ ਉੱਠੀ ਪਾਬੰਦੀ ਲਾਉਂਦੀ ਮੰਗ ਅਮਰੀਕਾ ਤੇ ਬ੍ਰਿਟੇਨ ਸਮੇਤ ਦੁਨੀਆ ਭਰ ਚ ਰਹਿੰਦੇ ਬਲੋਚ ਸਿੰਧੀ ਤੇ ਅਫਗਾਨ ਪਾਈਚਾਰੇ ਦੇ ਮੈਂਬਰਾਂ ਨੇ ਕਈ ਬੰਗਲਾਦੇਸ਼ੀ ਅਤੇ ਗਿਲਗਿਤ ਬਲਿਸਤਾਨ ਦੇ ਸ਼ਰਨਾਰਥੀਆਂ ਨਾਲ ਮਿਲ ਕੇ ਪਾਕਿਸਤਾਨ ਦੀ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਇਆ ਇਸ ਤੋਂ ਇਲਾਵਾ ਪਾਕਿਸਤਾਨ ਦੇ ਸੰਕਟ ਵਿੱਚ ਪਾਕਿਸਤਾਨ ਦੀ ਭੂਮਿਕਾ ਬਰੋਦ ਆਵਾਜ਼ ਬੁਲੰਦ ਕਰਨ ਦੇ ਲਈ ਆਂਤਵਾਰ ਨੂੰ ਯੂਰਪ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਕਾਪਾ ਗਾਨ ਪ੍ਰਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵੱਲੋਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕੀਤਾ ਤੇ ਇੱਕ ਕਾਰ ਰੈਲੀ ਵੀ ਕੱਢੀ ਅਗਲੀ ਵੱਡੀ ਖਬਰ ਹੈ ਦੋਸਤੋ ਪੀਐਮ ਮੋਦੀ ਨੇ 올림픽 ਦਲ ਨਾਲ ਕੀਤੀ ਮੁਲਾਕਾਤ ਨੀਤ ਚੌਪੜਾ ਨੂੰ ਖਵਾਇਆ ਚੂਰਮ ਸਿੰਧੂ ਨਾਲ ਖਾਧੀ ਆਈਸਕ੍ਰੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟੋਕੀਓ 올림픽 ਦੇ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਸੋਮਵਾਰ ਨੂੰ ਨਾਸ਼ਤੇ ਤੇ ਆਪਣੀ ਸਰਕਾਰੀ ਰਹਿਸ਼ਤ ਨੂੰ ਮੁਲਾਕਾਤ ਕੀਤੀ 올림픽 ਚੂ ਜੈਵਲਨ ਥਰੋ ਮੁਕਾਬਲੇ ਵਿੱਚ ਦੇਸ਼ ਨੂੰ ਸੋਨ ਤਗਮਾ ਦਿਵਾਉਣ ਵਾਲੇ ਨੀਰਜ ਚੋਪੜਾ ਅਤੇ ਵੇਟ ਲਿਫਟਿੰਗ ਵਿੱਚ ਦੇਸ਼ ਨੂੰ ਚਾਂਦੀ ਤਗਮਾ ਦਿਤਾਉਣ ਵਾਲੀ ਮੀਰਾਬਾਈ ਚਾਨੂ ਸਮੇਤ 올림픽 ਦਲ ਦੇ ਖਿਡਾਰੀ ਅੱਜ ਸਵੇਰੇ ਸੱਤ ਰੇਸ ਕੋਰਸ ਰੋਡ ਤੇ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਹਿਸ਼ਤ ਦੇ ਉੱਪਰ ਪੁੱਜੇ ਜਿੱਥੇ ਖਿਡਾਰੀਆਂ ਨੇ ਅੱਜ ਨਾਸ਼ਤੇ ਦਾ ਯੋਜਨ ਕੀਤਾ ਇਸ ਦਰਾਂ ਨੂੰ ਉਹਨਾਂ ਨੇ ਨੀਰਜ ਚੋਪੜਾ ਦੇ ਨਾਲ ਚੂਰਮਾ ਤੇ ਪੀਵੀ ਸਿੰਧੂ ਨਾਲ ਆਈਸਕ੍ਰੀਮ ਖਾਧੀ ਸੁਖਬੀਰ ਬਾਦਲ ਪਹੁੰਚੇ ਸਾਬਕਾ ਸੀਨੀਅਰ ਡਿਪਟੀ ਮੇਅਰ ਪਾਟੀਆਂ ਨੂੰ ਮਨਾਉਣ ਚੰਦਨ ਗਰੇਵਾਲ ਦੀ ਨਿਯੁਕਤੀ ਤੋਂ ਬਾਅਦ ਹਣ ਹਾਈ ਕਮਾਂਡ ਨਾਲ ਨਾਰਾਜ਼ ਸਾਬਕਾ ਵਿਧਾਇਕ ਜਗਵੀਰ ਬਰਾੜ ਨੂੰ ਪਾਰਟੀ ਦੀ ਵਾਪਸੀ ਅਤੇ ਜੰਦਰਕੈਂਟ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣ ਸੈਂਟਰਲ ਹਲਕੇ ਦੇ ਸੀਨੀਅਰ ਆਗੂ ਤੇ ਸਾਬਕਾ ਡਿਪਟੀ ਮੇਅਰ ਕਮਲਜੀਤ ਪਾਟੀਆਂ ਨੂੰ ਮਨਾਉਣ ਉਹਨਾਂ ਦੇ ਘਰ ਪਹੁੰਚੇ ਪਿਛਲੇ ਦਿਨੀਂ ਅਕਾਲੀ ਦਲ ਦੇ ਚੰਦਨ ਗਰਿਆਲ ਨੂੰ ਸੈਂਟਰਲ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਉਦੋਂ ਪਾਰਟੀਆਂ ਦਾ ਫੈਸਲਾ ਪਲਟਨਲੀ ਹਾਈ ਕੋਰਟ ਨੂੰ ਦਸ ਦਿਨ ਦਾ ਆਲਟੀਮੇਟਮ ਦਿੱਤਾ ਸੀ ਸੈਂਟਰਲ ਹਲਕੇ ਤੋਂ ਟਿਕਟ ਨਾ ਦੇਣ ਤੇ ਪਾਰਟੀਆਂ ਨਾਰਾਜ਼ ਸਨ ਆ ਪਾਕਿਸਤਾਨ ਦੇ ਵਿੱਚ ਫਸੇ 200 ਸਿੱਖਾਂ ਨੇ ਗੁਰਦੁਆਰਿਆਂ ਦੇ ਵਿੱਚ ਲਈ ਸ਼ਰਨ ਪਾਕਿਸਤਾਨ ਚੁ ਸਥਿਤੀ ਬੇਕਾਬੂ ਆ ਕਾਬੁਲ ਹਵਾਈ ਅੱਡੇ ਤੇ ਗੋਲੀਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈਆਂ ਸੈਂਕੜੇ ਲੋਕਾਂ ਨੇ ਕਾਬੁਲ ਛੱਡਣ ਵਾਲੇ ਜਹਾਜ਼ਾਂ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਆ ਸੋ ਫਸੇ 200 ਸਿੱਖਾਂ ਦੇ ਸਮੇਤ ਸਾਰੇ ਭਾਰਤੀਆਂ ਨੂੰ ਛੇਤੀ ਲਿਆਉਣ ਦੀ ਕੈਪਟਨ ਵੱਲੋਂ ਮੰਗ ਕੀਤੀ ਆ ਪ੍ਰਧਾਨ ਮੰਤਰੀ ਚੁੱਪੀ ਤੋੜਨਾ ਤੇ ਦੇਸ਼ ਨੂੰ ਦੱਸਣਾ ਪਾਕਿਸਤਾਨ ਨੂੰ ਲੈ ਕੇ ਉਹਨਾਂ ਦੀ ਕੀ ਰਣਨੀਤੀ ਹੈ ਕਾਂਗਰਸ ਨੇ ਕਿਹਾ ਕਿ ਪਾਕਿਸਤਾਨ ਵਿੱਚ ਤਾਲਿਬਾਨ ਨੇ ਕਬਜ਼ਾ ਕਰ ਲਿਆ ਉੱਥੇ ਅਣਗਿਣਤ ਭਾਰਤੀ ਖਤਰੇ ਵਿੱਚ ਹਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਦੀ ਸੁਰੱਖਿਆਤ ਵਾਪਸੀ ਦੇ ਲਈ ਸਰਕਾਰ ਕੀ ਕਦਮ ਚੁੱਕ ਰਹੀ ਆ ਜਾਂ ਕੋਈ ਕਦਮ ਨਹੀਂ ਚੁੱਕ ਰਹੀ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਵੱਲੋਂ ਬਹੁਤ ਜਿਹੜਾ ਸਰਕਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੂਰਜੇਵਾਲ ਨੇ ਕਿਹਾ ਕਿ ਪਾਕਿਸਤਾਨ ਚ ਹਾਲਾਤ ਬੇਹੱਦ ਨਾਜ਼ੁਕ ਹਨ ਉੱਥੇ ਦੂਤਾਕਾਰ ਦੇ ਕਰਮਚਾਰੀਆਂ ਨਾਲ ਤੇ ਕਈ ਹੋਰ ਭਾਰਤੀਆਂ ਦੀ ਜ਼ਿੰਦਗੀ ਦਾਤ ਤੇ ਲੱਗੀ ਹੈ ਸੁਰੱਖਿਅਤ ਵਾਪਸੀ ਲਈ ਉੱਥੇ ਬਦਲੇ ਸਿਆਸੀ ਹਾਲਾਤਾਂ ਤੋਂ ਪੈਦਾ ਹੋਏ ਹਾਲਾਤਾਂ ਦਰਮਿਆਨ ਰਣਨੀਤੀ ਸਬੰਧਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਦੇਸ਼ ਅਤੇ ਵਿਰੋਧੀ ਧਿਰ ਨੂੰ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਆ ਤਿਹਾਰਾਂ ਦੀ ਆਮਦ ਮੌਕੇ ਵੇਰਕਾ ਬ੍ਰਾਂਡ ਦੀਆਂ 6 ਹੋਰ ਨਵੀਆਂ ਮਠਿਆਈਆਂ ਮਾਰਕੀਟ ਦੇ ਵਿੱਚ ਉਤਾਰੀਆਂ ਸਹਿਕਾਰੀ ਅਦਾਰੇ ਮਿਲਕ ਫੈੱਡ ਵੱਲੋਂ ਆਪਣੇ ਉਤਪਾਦਾਂ ਦੇ ਨਿਰੰਤਰ ਵਾਧੇ ਦੇ ਨਾਲ ਦਾਇਰੇ ਦੇ ਵਿੱਚ ਕੀਤਾ ਜਾ ਰਿਹਾ ਵਿਸਥਾਰ ਦੀ ਲੜੀ ਨੂੰ ਤਿਹਾਰਾਂ ਦੇ ਸੀਜ਼ਨ ਦੀ ਆਮਦ ਮੌਕੇ ਅੱਜ ਵੇਰਕਾ ਬ੍ਰਾਂਡ ਵੱਲੋਂ ਸਾਰਾ ਸਾਲ ਵਿਕਰੀ ਲਈ ਨਵੀਆਂ ਮਠਿਆਈਆਂ ਲਾਂਚ ਕੀਤੀਆਂ ਗਈਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਦਾਵਾ ਸਹਿਕਾਰੀ ਸੁਭਾਵਾਂ ਤੇ ਰਜਿਸਟਰਾਰ ਵਿਕਾਸ ਗਰਗ ਦੇ ਮਿਲਕ ਫੈੱਡ ਅਤੇ ਐਮ ਡੀ ਕਲ ਕਮਲਦੀਪ ਸਿੰਘ ਸੰਘਾ ਵੱਲੋਂ ਸੈਕਟਰ 34 ਚੁਸਤੇਤ ਮਿਲਕ ਪੈਡ ਦੇ ਮੁੱਖ ਦਫਤਰ ਵਿੱਚ ਵੀਰ ਦਾ ਬ੍ਰਾਂਡ ਦੀ ਕਾਜੂ ਪਰਫੀ ਬਰਾਊਨ ਪੇਡਾ ਸੂਨ ਪਾਪੜੀ ਮਿਲਕ ਕੇਕ ਅਤੇ ਹੋਰ ਵੀ ਲਾਂਚ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚੋਂ ਪੜਦੇ ਅਫਗਾਨੀ ਵਿਦਿਆਰਥੀ ਘਬਰਾਏ ਨਹੀਂ ਛੜਨਾ ਚਾਹੁੰਦੇ ਭਾਰਤ ਆਫਗਾਨਿਸਤਾਨ ਦੇ ਤਾਲਿਬਾਨ ਦੇ ਕਬਜ਼ੇਤ ਹੋਣ ਤੋਂ ਬਾਅਦ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜਨ ਵਾਲੇ ਅਫਗਾਨੀ ਵਿਦਿਆਰਥੀ ਘਬਰਾਏ ਹਨ ਤਾਲਿਬਾਨ ਦਾ ਪੂਰੇ ਅਫਗਾਨਿਸਤਾਨ ਤੇ ਕਬਜ਼ਾ ਹੋ ਗਿਆ ਪਾਕਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਚੁੱਕੇ ਹਨ ਤੇ ਹੁਣ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਸਹਿਮ ਦਾ ਮਾਹੌਲ ਹੈ ਹਾਲਾਂਕਿ ਵਿਦਿਆਰਥੀਆਂ ਨੇ ਕੈਮਰੇ ਅੱਗੇ ਹਉੰਤਨਕਾਰ ਕਰ ਦਿੱਤਾ ਪਰ ਵਿਦਿਆਰਥੀ ਆਮਦ ਨੇ ਦੱਸਿਆ ਕਿ ਹਾਲਾਤ ਬਹੁਤ ਖਰਾਬ ਹਨ ਉਹਨਾਂ ਦਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਪਰਿਵਾਰ ਨਾਲ ਗੱਲ ਕੀਤੀ ਨੂੰ ਕਈ ਦਿਨ ਹੋ ਚੁੱਕੇ ਨੇ ਉੱਥੇ ਨੈੱਟਵਰਕ ਹੀ ਨਹੀਂ ਆ ਰਿਹਾ ਆਰਮੀ ਨੇ ਨੈੱਟਵਰਕ ਜਾਮ ਕਰ ਦਿੱਤਾ ਹੈ SBI ਨੇ ਸ਼ੁਰੂ ਕੀਤੀ ਸਪੈਸ਼ਲ ਡਿਪੋਜ਼ਿਟ ਸਕੀਮ ਚੈੱਕ ਕਰੋ ਵਿਆਜ ਦੇ ਨਾਲ ਹੋਰ ਫਾਇਦੇ ਬਾਰੇ 15 ਅਗਸਤ ਨੂੰ SBI ਨੇ ਸਪੈਸ਼ਲ ਡਿਪੋਜ਼ਿਟ ਸਕੀਮ ਦਾ ਐਲਾਨ ਕੀਤਾ SBI ਟਰਮ ਡਿਪੋਜ਼ਿਟ ਅਤੇ ਸਪੈਸ਼ਲ ਟਰਮ ਡਿਪੋਜ਼ਿਟ ਆਕਰਸ਼ਕ ਲਾਭ ਪ੍ਰਾਪਤ ਕਰੋ 14 ਸਤੰਬਰ ਤੱਕ ਲਾਗੂ ਹੈ ਭਾਰਤੀ ਸਟੇਟ ਬੈਂਕ 75 ਦਿਨਾਂ ਦੀ ਮਿਆਦ ਦੀ ਜਮ੍ਹਾਂ ਰਕਮ 'ਤੇ 3.90 ਵਿਆਜ ਦੀ ਪੇਸ਼ਕਸ਼ ਕਰ ਰਿਹਾ ਜਦੋਂ ਕਿ ਪਲੈਨ ਟਾਈਮ ਡਿਪੋਜ਼ਿਟ ਤੇ 3.95 ਵਿਆਜ ਦਾ ਭੁਗਤਾਨ ਕਰ ਰਿਹਾ ਤੇ ਵਰਤਮਾਨ ਵਿੱਚ 535 ਦਿਨਾਂ ਦੀ ਸੀਮਾ ਤੇ 5% ਵਿਆਜ ਉਪਲਬਧ ਹੈ। ਘਟ ਗਈ ਮੰਗਿਆਈ ਖੁਰਾਕੀ ਵਸਤੂਆਂ ਦੀ ਕੀਮਤ 11.16% ਫੀਸ ਦੀ ਡਿੱਗੀ ਸਰਕਾਰ ਦਾ ਦਾਵਾ ਖੁਰਾਕੀ ਵਸਤੂਆਂ ਦੀ ਕੀਮਤ ਵਿੱਚ ਕਮੀ ਦੇ ਕਾਰਨ ਜੁਲਾਈ ਦੇ ਵਿੱਚ ਲਗਾਤਾਰ ਦੂਜੇ ਮਹੀਨੇ ਥੋਕਮੁੱਲ ਸੂਚਕ ਅੰਕ ਦੇ ਅਧਾਰ ਤੇ ਮਹਿੰਗਾਈ ਘਟ ਕੇ 11.6% ਰਹਿ ਗਈ ਹੈ। ਭਾਵੇਂ ਇਸ ਦੌਰਾਨ ਮੈਨੂਫੈਕਚਰ ਸਮਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਵਣ ਜਤਤ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਫੈਸਲਾ ਮੁਹਾਲੀ ਖੇਤਰ ਦੇ ਵਿੱਦਕ ادارے ਦੇ ਵਿੱਚ ਹੋਇਆ ਹੈ ਸੋ ਜੁਲਾਈ ਦੇ ਵਿੱਚ ਲਗਾਤਾਰ ਤੀਜੇ ਮਹੀਨੇ ਠੋਕ ਮੁੱਲ ਸੂਚਕ ਅੰਕ ਦੇ ਆਧਾਰ ਤੇ ਮੰਗਾਈ ਪਿਛਲੇ ਸਾਲ ਦੇ ਘਟ ਪ੍ਰਭਾਵ ਦੇ ਕਾਰਨ ਦੋ ਅੰਕ ਜਾਂ 10% ਤੋਂ ਉੱਚੀ ਰਹੀ ਹੈ ਤਾਲਿਬਾਨ ਦੇ ਕਬਜ਼ੇ ਮਗਰੋਂ ਅਫਗਾਨਿਸਤਾਨ ਚ ਫਸੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ ਸੋ ਵਕ ਵਕ ਦੇ ਚੰ ਵੱਲੋਂ ਅਫਗਾਨਿਸਤਾਨ ਬਾਰੇ ਆਲਮੀ ਮੰਚ ਤੇ ਪ੍ਰਗਟ ਕੀਤੇ ਜਾ ਰਹੇ ਖਦਸ਼ੇ ਹੁਣ ਹਕੀਕਤ ਵਿੱਚ ਬਦਲ ਗਏ ਨੇ ਪਾਕਿਸਤਾਨ ਦੀ ਰਾਜਨੀਤਿਕ ਕਾਬੂ ਅਤੇ ਉਥੋਂ ਦੇ ਸਥਿਤ ਰਾਸ਼ਟਰਪਤੀ ਨਿਵਾਸ ਤੇ ਕਬਜ਼ੇ ਤੋਂ ਬਾਅਦ ਹੁਣ ਸੱਤਾ ਤੇ ਕਾਬਜ਼ ਹੋਣਾ ਸਿਰਫ ਰਸਮੀ ਬਣ ਕੇ ਰਹਿ ਗਿਆ ਐਤਵਾਰ ਨੂੰ ਜਿਸ ਤਰ੍ਹਾਂ ਰਾਸ਼ਟਰਪਤੀ ਅਸ਼ਰਫ ਗਣੀ ਅਚਾਨਕ ਦੇ ਛੱਡ ਕੇ ਤਜਿਕਿਸਤਾਨ ਚਲੇ ਗਿਆ ਸਪਸ਼ਟ ਹੈ ਕਿ ਤਾਲਿਬਾਨ ਸੱਤਾ ਹਾਸਲ ਕਰਨ ਤੋਂ ਦੂਰ ਨਹੀਂ ਸੋ ਹੁਣ ਕੁਝ ਦਿਨਾਂ ਤੱਕ ਉਹਨਾਂ ਦੇ ਵੱਲੋਂ ਸੱਤਾ ਹਾਸਲ ਕਰ ਲਈ ਜਾਵੇਗੀ ਭਾਰਤੀ ਨਾਗਰਿਕਾਂ ਦੇ ਲਈ ਦੂਤਾਵਾਸ ਦੇ ਅਧਿਕਾਰੀਆਂ ਦੇ ਮੋਬਾਈਲ ਨੰਬਰ ਜੋ ਕਿ 93706 13 16 11 93 705 12 700 863 ਹਨ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਕੰਧਾਰ ਸਥਿਤ ਭਾਰਤੀ ਕੌਂਸੂਲੇਟ ਜਨਰਲ ਦੇ ਨਾਲ 93 703 75 8087 ਤੇ ਸੰਪਰਕ ਕੀਤਾ ਜਾ ਸਕਦਾ ਹੈ ਧੰਨਵਾਦ